ਝੂਠੀ ਅਣਖ ਖਾਤਰ ਕੀਤਾ ਪਤੀ ਨੇ ਪਤਨੀ ਦੇ ਪ੍ਰੇਮੀ ਦਾ ਕਤਲ। ਘਰ ਵਿੱਚ ਇਤਰਾਜ਼ਯੋਗ ਹਾਲਾਤਾਂ 'ਚ ਫੜੇ ਗਏ ਸੀ ਦੋਵੇਂ। ਪਤੀ ਨੇ ਆਪਣੇ ਭਰਾ ਤੇ ਪਿਓ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ। ਲੋਕ ਵੀ ਸਾਨੂੰ ਕਰਦੇ ਸੀ ਮਖੌਲਾਂ, ਨਹੀਂ ਹੁੰਦਾ ਸੀ ਜਰ, ਇਹ ਕਹਿਣਾ ਕਾਤਲ ਦਾ। ਜੀਆਂ ਦੱਸਦੀਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਝੂਠੀ ਅਣਖ ਦੇ ਖਾਤਰ ਪਤਨੀ ਦੇ ਆਸ਼ਕ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਵੀ ਪਤੀ ਅਤੇ ਉਸਦੇ ਭਰਾ ਅਤੇ ਪਿਓ ਤੇ ਨਾਲ ਹੀ ਇੱਕ ਦੋਸਤ ਦੇ ਵੱਲੋਂ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਜਦੋਂ ਆਸ਼ਿਕ ਉਸਦੀ ਪਤਨੀ ਨੂੰ ਮਿਲਣ ਦੇ ਲਈ ਰਾਤ ਨੂੰ ਉਸਦੇ ਘਰ ਦੇ ਵਿੱਚ ਆਉਂਦਾ ਤਾਂ ਪਤੀ ਉਹਨਾਂ ਦੋਵਾਂ ਨੂੰ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਦੇਖਦਾ, ਜਿਸ ਤੋਂ ਬਾਅਦ ਪਤੀ ਤੋਂ ਰਿਹਾ ਨਹੀਂ ਜਾਂਦਾ ਅਤੇ ਕਈ ਲਾਠੀ ਡੰਡਿਆਂ ਦੇ ਨਾਲ ਆਪਣੇ ਪਿਤਾ ਅਤੇ ਆਪਣੇ ਭਰਾ ਅਤੇ ਮੌਕੇ ਦੇ ਉੱਤੇ ਇੱਕ ਦੋਸਤ ਨੂੰ ਬੁਲਾਉਂਦਾ ਅਤੇ ਆਸ਼ਿਕ ਨੂੰ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਆਸ਼ਿਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਉਸਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਨੇ ਮਾਮਲਾ ਦਰਜ ਕੀਤਾ, ਜਾਂਚ ਸ਼ੁਰੂ ਕੀਤੀ ਤਾਂ ਸਾਰਾ ਹੀ ਕੁਝ ਸਾਫ਼ ਹੋ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਜੋ ਔਰਤ ਹੈ ਉਸਦੇ ਪਤੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਪਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਤੇ ਉਸਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ, ਉਸਦੇ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਾਲੇ ਪਿਤਾ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮੌਕੇ ਫੜੇ ਗਏ ਜੋ ਪਤੀ ਹੈ ਉਸਨੇ ਵੀ ਕਿਹਾ ਕਿ ਜਦੋਂ ਉਹ ਘਰ ਦੇ ਵਿੱਚ ਗਿਆ ਤੇ ਉਸਦੀ ਪਤਨੀ ਦਾ ਜੋ ਆਸ਼ਕ ਹੈ ਦੋਵੇਂ ਹੀ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਸੀ, ਜਿਸ ਤੋਂ ਬਾਅਦ ਉਸ ਤੋਂ ਨਹੀਂ ਰਿਹਾ ਹੋਇਆ। ਹਾਲਾਂਕਿ ਪਹਿਲਾਂ ਵੀ ਉਸਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਉਹਨਾਂ ਦੇ ਘਰ ਦੇ ਵਿੱਚ ਨਾ ਆਵੇ, ਪਰ ਉਹ ਲਗਾਤਾਰ ਆਦਤ ਤੋਂ ਮਜਬੂਰ ਸੀ, ਜਿਸ ਦੇ ਕਾਰਨ ਉਹਨਾਂ ਨੂੰ ਹੁਣ ਗੁੱਸਾ ਆਇਆ ਤੇ ਗੁੱਸੇ ਦੇ ਵਿੱਚ ਉਸਨੇ ਕਤਲ ਕਰ ਦਿੱਤਾ। ਤਾਂ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਤਨੀ ਦੇ ਆਸ਼ਿਕ ਦਾ ਕਤਲ ਪਤੀ ਦੇ ਵੱਲੋਂ ਕੀਤਾ ਗਿਆ। ਦੋਵਾਂ ਨੂੰ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਕਮਰੇ 'ਚ ਦੇਖਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਭਰਾ, ਦੋਸਤ ਤੇ ਪਿਓ ਨੂੰ ਬੁਲਾ ਕੇ ਉਸਨੂੰ ਸ਼ਰਿਆਮ ਕਹੀਆਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਫਿਲਹਾਲ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ 3 ਨੂੰ ਗ੍ਰਿਫਤਾਰ ਕਰ ਲਿਆ, ਜਿਸ 'ਚ 2 ਸਕੇ ਭਰਾ ਅਤੇ 1 ਉਹਨਾਂ ਦਾ ਦੋਸਤ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਵਿੱਚ ਪਤੀ ਸਮੇਤ ਉਸਦਾ ਭਰਾ ਅਤੇ 1 ਦੋਸਤ ਸ਼ਾਮਿਲ ਹੈ। ਹਾਲੇ ਇਹਨਾਂ ਦੇ ਪਿਤਾ ਦੀ ਭਾਲ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਮੁੰਡਾ ਸ਼ਰਿਆਮ ਘਰੇ ਆਉਂਦਾ ਸੀਗਾ, ਜਦ ਜਰਿਆ ਨਹੀਂ ਗਿਆ ਅਸੀਂ ਮਾਰਤਾ ਜੀ। ਤੁਹਾਨੂੰ ਕੀ ਪਤਾ ਲੱਗਿਆ ਵੀ ਘਰ ਆਇਆ ਬੀਤੀ ਰਾਤ? ਅਸੀਂ ਬਠਿੰਡਾ ਗਏ ਹੋਏ ਸੀ, ਬਠਿੰਡੇ ਤੋਂ ਜਦੋਂ ਪਤਾ ਲੱਗਿਆ ਸਾਨੂੰ ਬਠਿੰਡੇ ਵਾਪਸ ਫੋਨ ਜਾ ਵੜਿਆ, ਮਗਰ ਵੀ ਐਂ ਕਰਕੇ ਵੀ ਘਰੇ ਕੋਈ ਗੱਲਬਾਤ ਹੈ। ਤੁਰੰਤ ਹੀ ਅਸੀਂ ਵਾਪਸ ਆਏ ਤੇ ਰੰਗੇ ਹੱਥੀ ਫੜ ਲਿਆ ਜੀ ਉੱਤੋਂ ਹੀ ਅਸੀਂ। ਘਰੇ ਆਉਣ ਦਾ ਕੀ ਕਾਰਨ ਸੀ ਉਹਦਾ? ਘਰੇ ਤਾਂ ਬਸ ਧੱਕੇ ਨਾਲ ਹੀ ਆਉਂਦਾ ਸੀ, ਮਤਲਬ ਵਰਤਨ ਗਲਤ ਕੰਮ ਕਰਦਾ ਸੀਗਾ ਜੀ ਮੇਰੀ ਘਰ ਵਾਲੇ ਨਾਲ, ਮੇਰੀ ਘਰ ਵਾਲੇ ਨਾਲ ਗਲਤ ਸੀਗਾ ਜੀ। ਕੀ ਨਾਮ ਸੀ? ਨਾਮ ਸੀਗਾ ਵਿੱਕੀ ਕੁਮਾਰ ਜੀ। ਤੇ ਰਾਤ ਕੀ ਫਿਰ? ਰਾਤ ਜਦੋਂ ਅਸੀਂ ਦੇਖਿਆ ਜੀ ਸਾਡੇ ਤੋਂ ਜਰਿਆ ਨਹੀਂ ਗਿਆ, ਨੰਗੇ ਪਏ ਸੀਗੇ, ਜਾ ਕੇ ਫਿਰ ਅਸੀਂ ਆਪਦੀ ਕਾਰਵਾਈ ਕਰਤੀ। ਇਹ ਪਹਿਲਾਂ ਵੀ ਮੈਂ ਬਹੁਤ ਵਾਰੀ ਦੇਖ ਚੁੱਕਿਆ ਸੀਗਾ ਵੀ ਉਹ ਸਾਡੇ ਘਰੇ ਆਉਂਦਾ ਤੇ ਸਾਥੋਂ ਮੈਨੂੰ ਲੋਕ ਗੱਲਾਂ ਕਹਿੰਦੇ ਸੀਗੇ ਨਹੀਂ ਜਰਿਆ ਜਾਂਦਾ ਸੀ। ਤੇ ਰਾਤ ਜਦੋਂ ਇਹ ਘਰੇ ਆਇਆ ਤੇ ਮੈਂ ਇਹਦੀ ਨਿਗਾਹ ਰੱਖੀ ਤੇ ਮੈਂ ਆਪਦੇ ਵੱਡਾ ਭਰਾ ਮੇਰਾ ਪਟਿਆਲੇ ਜਾ ਰਿਹਾ ਸੀ, ਮੈਂ ਉਹਨੂੰ ਫੋਨ ਲਾਇਆ ਉਹ ਬਠਿੰਡੇ ਤੋਂ ਮੁੜ ਕੇ ਆਏ ਤੇ ਜਦੋਂ ਆ ਕੇ ਦੇਖਿਆ ਤਾਂ ਦੋਨੇ ਜੀਏ ਨੰਗੇ ਪਏ ਸੀਗੇ ਤੇ ਫਿਰ ਸਾਥੋਂ ਨਹੀਂ ਜਰਿਆ ਗਿਆ ਜੀ। ਮੇਰੇ ਵੱਡੇ ਭਰਾ ਦੇ ਘਰੇ ਆਉਂਦਾ ਸੀ, ਮੇਰੇ ਭਰਜਾਈ ਕੋਲ ਜੀ। ਮੈਨੂੰ ਪਤਾ ਲੱਗਿਆ ਜਦੋਂ ਮੈਂ ਆਇਆ ਸੀਗਾ ਜੀ ਇਹ ਗਲੀ 'ਚ ਤੁਰਿਆ ਆਉਂਦਾ ਸੀਗਾ, ਮੈਨੂੰ ਉਹਦੀ ਸ਼ੱਕ ਹੋ ਗਿਆ ਸੀਗਾ ਵੀ ਅੱਜ ਘਰੇ ਆਊਗਾ ਜੀ।
ਜਰਿਆ ਨਹੀਂ ਜਾਂਦਾ ਜੀ, ਇੱਜ਼ਤ ਸਾਥੋਂ ਨਹੀਂ ਹੁੰਦੀ ਜੀ। ਬੀਤੀ ਆ ਰਾਤ ਹੀ ਇੱਕ ਵਿੱਕੀ ਕੁਮਾਰ, ਉਮਰ ਉਹਦੀ 26 ਸਾਲ ਦੇ ਲਗਭਗ ਉਹਦੀ ਉਮਰ ਆ, ਅਤੇ ਉਹਦੇ ਕਤਲ ਦੇ ਸੰਬੰਧ ਦੇ ਵਿੱਚ FIR ਜਿਹੜੀ 33 ਨੰਬਰ ਦਰਜ ਹੋਈ ਆ, ਉਹਦੇ ਪਿਤਾ ਦਲੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਈ ਆ, ਜਿਹਦੇ ਵਰਖਿਲਾਫ ਹੈਗੇ ਇੱਕ ਤਾਂ ਹੈਗਾ ਸੁਖਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ, ਦੂਜਾ ਬਲਜਿੰਦਰ ਸਿੰਘ ਲਾਲੀ ਪੁੱਤਰ ਗੁਰਮੇਲ ਸਿੰਘ, ਅਤੇ ਤੀਸਰਾ ਗੁਰਮੇਲ ਸਿੰਘ ਆਪ ਆ, ਅਤੇ ਚੌਥਾ ਉਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਪਿੰਡ ਜੰਡੀਆਂ ਦਾ, ਬਹਾਦਰਗੜ੍ਹ ਜੰਡੀਆਂ ਦਾ। ਅਤੇ ਇਹ ਇਹਨਾਂ ਦਾ ਮਾਮਲਾ ਸੀਗਾ ਵੀ ਜਿਹੜਾ ਇਹਨਾਂ ਦੇ ਵਿੱਚ ਇੱਕ ਸੁਖਪ੍ਰੀਤ ਸਿੰਘ ਸੀਗਾ, ਇਹਦੀ ਜਿਹੜੀ ਵਾਈਫ ਆ ਬੇਅੰਤ ਕੌਰ, ਅਤੇ ਇਹਦੇ ਪਰਿਵਾਰ ਨੂੰ ਸ਼ੱਕ ਸੀਗਾ ਵੀ ਉਹਦੇ ਨਾਲ ਵਿੱਕੀ ਕੁਮਾਰ ਦੇ ਕੋਈ ਨਜਾਇਜ਼ ਸੰਬੰਧ ਆ, ਅਤੇ ਘਰ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ। ਇਸ ਕਰਕੇ ਜਦੋਂ ਉਹ ਬੀਤੀ ਰਾਤ ਇਹਨਾਂ ਨੂੰ ਇਹਨਾਂ ਦੇ ਘਰੇ ਮਿਲਣ ਲਈ ਗਿਆ, ਅਤੇ ਇਹਨਾਂ ਨੇ ਮੌਕਾ ਪਾ ਕੇ ਉਹਨੂੰ ਕਾਬੂ ਕਰਕੇ ਇਹਦੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਮਾਰੂ ਹਥਿਆਰਾਂ ਦੇ ਨਾਲ ਕੁੱਟਮਾਰ ਕਰਕੇ ਇਹਦੀ ਮੌਤ ਕਰ ਦਿੱਤੀ। ਪੁਲਿਸ ਵੱਲੋਂ ਹੁਣ ਤੱਕ FIR ਅਸੀਂ ਦਰਜ ਕਰਤੀ ਆ, ਅਤੇ ਸਾਡੇ ਮਾਣਯੋਗ SSP ਸ਼੍ਰੀ ਦੀਪਕ ਪਾਰਕ ਸਾਹਿਬ ਨੇ ਸਾਨੂੰ ਸਖ਼ਤ ਹਦਾਇਤਾਂ ਦਿੱਤੀਆਂ ਸੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸੇ ਲੜੀ ਦੇ ਅਧੀਨ ਹੀ ਸਾਡੇ SHO ਸਾਹਿਬ ਨੇ ਅਤੇ ਬਾਕੀ ਪੁਲਿਸ ਪਾਰਟੀਆਂ ਦੇ ਨਾਲ ਇਹਨਾਂ ਦੇ ਵੱਖ ਵੱਖ ਲੁੱਕਣ ਵਾਲੇ ਟਿਕਾਣਿਆਂ 'ਤੇ ਰੇਡ ਕੀਤੇ, ਅਤੇ ਇਹਨਾਂ ਦੇ ਵਿੱਚੋਂ ਅਸੀਂ ਹੁਣ ਤੱਕ ਮੌਕੇ 'ਤੇ ਇੱਕ ਤਾਂ ਸੁਖਪ੍ਰੀਤ ਸਿੰਘ, ਅਤੇ ਇੱਕ ਇਹਦਾ ਭਰਾ ਬਲਜਿੰਦਰ ਸਿੰਘ ਉਰਫ ਲਾਲੀ, ਅਤੇ ਤੀਸਰਾ ਬਹਾਦਰਗੜ੍ਹ ਜੰਡੀਆਂ ਦਾ ਲਵਪ੍ਰੀਤ ਸਿੰਘ, ਅਤੇ ਉਹਨੂੰ ਅਸੀਂ ਹੁਣ ਤੱਕ ਰਾਊਂਡ ਅਪ ਕਰਕੇ ਗ੍ਰਿਫਤਾਰ ਕਰ ਚੁੱਕੇ ਹਾਂ। ਇਹਦੇ ਵਿੱਚ ਸਿਰਫ ਹੁਣ ਇੱਕ ਗ੍ਰਿਫਤਾਰੀ ਬਾਕੀ ਆ, ਉਹਨਾਂ ਦਾ ਜਿਹੜਾ ਇਹਨਾਂ ਦਾ ਪਿਤਾ ਗੁਰਮੇਲ ਸਿੰਘ ਦੀ ਗ੍ਰਿਫਤਾਰੀ ਬਾਕੀ ਆ, ਅਤੇ 3 ਜਿਹੜੇ ਸਮਕਾਂਦਵੇਂ ਦੇ ਲਈ ਜਿਹੜੇ ਵਾਂਟਡ ਮੁਲਜ਼ਮ ਸੀ ਉਹ ਅਸੀਂ ਗ੍ਰਿਫਤਾਰ ਕਰ ਲਿਆ। ਉਹ ਵੀ ਅਸੀਂ ਕਤਲ ਹੋਣ ਤੋਂ ਸਿਰਫ ਅਤੇ ਸਿਰਫ 6 ਘੰਟੇ ਦੇ ਵਿੱਚ ਹੀ ਅਸੀਂ ਉਹ ਗ੍ਰਿਫਤਾਰ ਕਰ ਲਿਆ। ਇਹ ਕਤਲ ਕਰਨ ਦੇ ਲਈ ਇਹਨਾਂ ਨੇ ਇੱਕ ਤਾਂ ਕਹੀ ਦੀ ਵਰਤੋਂ ਕੀਤੀ, ਪੁੱਠੀ ਕਹੀ ਮਾਰੀ, ਅਤੇ ਬਾਕੀ ਇੱਕ 2 ਇਹਦੇ ਲੱਕੜ ਦੇ ਦਸਤੇ ਸੀਗੇ, ਇੱਕ ਬਾਂਸ ਦੀ ਸੋਟੀ, ਮਜ਼ਬੂਤ ਸੋਟੀ ਸੀ, ਉਹਦੇ ਨਾਲ ਇਹਨਾਂ ਨੇ ਮਾਰ ਵੱਖ ਵੱਖ ਉਹਦੇ ਸਰੀਰ 'ਤੇ ਬੁਰੀ ਤਰ੍ਹਾਂ ਉਹਦੇ ਸੱਟਾਂ ਮਾਰ ਕੇ ਉਹਦਾ ਕਤਲ ਕੀਤਾ। ਇਹ ਲੂਲਬਾਈ ਪਿੰਡ ਦੇ ਮਸਲਾ ਹੈਗਾ, ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਅਤੇ ਮਜ਼ਦੂਰੀ ਦਾ ਕੰਮ ਕਰਦਾ, ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੇਅੰਤ ਨਾਮ ਦੀ ਲੜਕੀ ਹੈਗੀ ਆ, ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਤਕਰੀਬਨ 11-12 ਵਜੇ ਦੇ ਕਰੀਬ, ਤਾਂ ਉਸਦੇ ਘਰ ਵਾਲੇ ਨੂੰ ਇਹਨਾਂ 'ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਅਤੇ ਆਪਣੀ ਘਰਵਾਲੀ ਦੇ ਉੱਪਰ, ਅਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀਗੀ। ਜਦੋਂ ਉਸਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ, ਅਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ, ਅਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸਦਾ ਕਤਲ ਕਰ ਦਿੱਤਾ। ਸੋ ਹੁਣ ਜਿਹੜੀ ਹੈਗੀ ਹੈ ਮੌਕੇ 'ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ, ਫੋਰੈਂਸਿਕ ਟੀਮ ਸਾਡੀ ਮੌਕੇ 'ਤੇ ਜਿਹੜੀ ਹੈਗੀ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ। ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ, ਫਾਦਰ ਹੈ, ਉਹ ਵੀ ਰਾਤ ਜਦੋਂ ਮੌਕੇ 'ਤੇ ਆ ਗਏ ਸੀਗੇ, ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੀ ਅੱਖੀਂ ਦੇਖਿਆ, ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ। ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ, ਯੰਗ ਏਜ ਦਾ ਮੁੰਡਾ ਹੈਗਾ, ਇਸੇ ਪਿੰਡ ਦਾ ਰਹਿਣ ਵਾਲਾ।
ਹਾਂ, ਇੱਥੇ ਜਿਹੜੀ ਫਰਦਰ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਹੈ ਇਸੇ ਪਿੰਡ ਦੀ ਰਹਿਣ ਵਾਲੀ, ਉਸ ਨਾਲ ਇਸ ਦੇ ਸੰਬੰਧ ਸੀਗੇ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਅਤੇ ਕਿਉਂਕਿ ਉਸਦੇ ਘਰ ਵਾਲਿਆਂ ਨੂੰ ਪਹਿਲਾਂ ਇਹਨਾਂ ਦਾ ਸ਼ੱਕ ਸੀਗਾ ਅਤੇ ਉਹ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ। ਜਦੋਂ ਆਇਆ ਤਾਂ ਉਸਨੂੰ ਫੜ ਲਿਆ, ਫੜ ਕੇ ਉਹਦੀ ਕੁੱਟਮਾਰ ਕੀਤੀ ਅਤੇ ਜਿਹੜਾ ਹੈਗਾ ਉਸਦਾ ਕਤਲ ਕਰ ਦਿੱਤਾ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਜਿਹੜੇ ਉਸਦੇ ਮੌਕੇ 'ਤੇ ਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।